ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਅਤੇ ਲਾਈਵ ਕਵਰੇਜ ਲਈ ਸੰਪਰਕ ਕਰੋ। 21 ਜੂਨ ਨੂੰ ਮਨਾਏ ਜਾ ਰਹੇ ਇੰਟਰਨੈਸ਼ਨਲ ਯੋਗਾ ਦਿਵਸ ਦੇ ਸੰਬੰਧ ਵਿੱਚ ਯੂਥ ਮਾਮਲੇ ਅਤੇ ਖੇਡ ਮੰਤਰਾਲੇ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਨਹਿਰੂ ਯੁਵਾ ਕੇਂਦਰ ਜਲੰਧਰ ਵੱਲੋਂ ਡਾਕਟਰ ਚਮਕੌਰ ਅਤੇ ਪ੍ਰਧਾਨ ਦਲਜੀਤ ਸਿੰਘ ਜੀਤੀ ਦੇ ਉਦਮਾਂ ਸਦਕਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਟੇਡੀਅਮ ਐਂਡ ਸਪੋਰਟਸ ਕਲੱਬ ਪਿੰਡ ਪਾਸਲਾ ਵਿਖੇ ਇੱਕ ਕੈਂਪ ਲਗਾਇਆ ਗਿਆ। ਇਸ ਮੌਕੇ ਆਏ ਹੋਏ ਮਾਹਰਾਂ ਨੇ ਲੋਕਾਂ ਨੂੰ ਯੋਗਾ ਕਰਨ ਦੇ ਫਾਇਦਿਆਂ ਸੰਬੰਧੀ ਜਾਣੂ ਕਰਵਾਇਆ। ਇਸ ਮੌਕੇ ਪ੍ਰੋਗਰਾਮ ਕੋਆਰਡੀਨੇਟਰ ਸੰਦੀਪ ਕੁਮਾਰ ਅਤੇ ਸੁਖਪ੍ਰੀਤ ਕੌਰ ਪਾਸਲਾ ਆਪਣੇ ਸਟਾਫ ਸਮੇਤ ਮੌਜੂਦ ਸਨ। ਇਸ ਮੌਕੇ ਸਰਪੰਚ ਰਣਜੀਤ ਸਿੰਘ ਜੌਲ, ਮੰਗਾ ਪੰਚ, ਨਿਮਰਦਾਸ ਪੰਚ, ਜਸਵੰਤ ਰਾਮ ਪੰਚ, ਰਾਮਚੰਦ ਪੰਚ, ਦਲਵੀਰ ਪੰਚ, ਤੀਰਥੋ, ਇੰਦਰ ਪੰਚ, ਹੈਪੀ ਸ਼ਰਮਾ, ਬਿੱਟੂ ਸਰਪਾਲ, ਸੋਨੂ ਪਿੰਟਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨੌਜਵਾਨ ਹਾਜ਼ਰ ਸਨ। ਸਾਡੇ ਪਿੰਡ ਪਾਸਲਾ ਵਿੱਚ ਡਾਕਟਰ ਚਮਕੌਰ ਸਿੰਘ ਦੀ ਉਦਮ ਸਦਕਾ ਯੋਗਾ ਸਾਧਨਾ ਪ੍ਰੋਗਰਾਮ ਸ਼ੁਰੂ ਕੀਤਾ ਹੈ, ਉਹਦਾ ਅਸੀਂ ਬਹੁਤ ਬਹੁਤ ਵਧਾਈ ਦੇ ਪਾਤਰ ਹਾਂ। ਅਤੇ ਇਸ ਇੱਦਾਂ ਹੈ ਕਿ ਰੋਜ਼ ਐਕਸਰਸਾਈਜ਼ ਕਰਨੀ ਚਾਹੀਦੀ ਹੈ, ਜਿੱਦਾਂ ਯੋਗਾ ਸਾਧਨਾ ਉਹਨਾਂ ਨੇ ਸਾਨੂੰ ਟ੍ਰੇਨਿੰਗ ਦਿੱਤੀ ਹੈ, ਉਸ ਤਰ੍ਹਾਂ ਆਪਾਂ ਰੋਜ਼ ਕਰੀਏ ਤਾਂ ਬਿਮਾਰੀਆਂ ਤੋਂ ਕਾਫੀ ਛੁਟਕਾਰਾ ਪਾਇਆ ਜਾ ਸਕਦਾ ਹੈ। ਜੋ ਗੌਰਮੈਂਟ ਇੰਡੀਆ ਵੱਲੋਂ ਨਹਿਰੂ ਯੁਵਾ ਕੇਂਦਰ ਜਲੰਧਰ ਸੰਸਥਾ ਵੱਲੋਂ ਸਾਡੇ ਇੱਥੇ ਕੈਂਪ ਲਾਇਆ ਗਿਆ, ਅਸੀਂ ਉਹਨਾਂ ਦੇ ਬੜੇ ਧੰਨਵਾਦੀ ਹਾਂ। ਔਰ ਅਸੀਂ ਇਸ ਦਾ ਸਾਰੇ ਨੌਜਵਾਨਾਂ ਨੂੰ ਕਹਿੰਦੇ ਹਾਂ, ਬਜ਼ੁਰਗਾਂ ਭੈਣਾਂ ਨੂੰ ਕਹਿੰਦੇ ਹਾਂ ਵੀ ਇਹਦਾ ਵੱਧ ਤੋਂ ਵੱਧ ਫਾਇਦਾ ਲਓ ਔਰ ਗਰਾਊਂਡ ਵਿੱਚ ਆ ਕੇ ਜ਼ਰੂਰ ਇੱਕ ਘੰਟਾ ਯੋਗਾ ਕਰਿਆ ਕਰੋ ਅਤੇ ਡਾਕਟਰਾਂ ਤੋਂ ਛੁਟਕਾਰਾ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।